वाहिगुरु जी, बहुत सारे स्टूडेंट्स एहो जे है जो ट्वेल्थ करके हुण कॉलेज जाएंगे, बड़े अच्छे बच्चे है, बड़े भोले भाव च है। प्लीज़ इन्हां नूं असी गाइड कर सकीए कि कॉलेज किवें असी कुसंगति तो बचना है, कि किवें अजकल की माया तो बचना है, ताकि अच्छे मार्ग के बच्चे चल सकन। प्लीज़ कुछ कुछ टिप्स, कुछ नुकते, कुछ चंगी चीज़ आप जी प्लीज़। नुकते ये है कि सब तो वड़ा जीवन का नुकता है उस रब नाल प्यार पाउणा, और बड़ा औखा जे। मैं हिंदी बोला कि पंजाबी समझ आएगी? हाँ, वो कहिंदे ने पंजाबी बोलो। सब तो पहला मैथड ये है हरेक वास्ते कि जेड़ा विखाई नहीं पैंदा, जिन्हों असी सुन नहीं सकते, जिदे नाल गल्लां नहीं कर सकते, पहली पहली स्टेज ते उहदे नाल प्यार करना। ਕਿਵੇਂ ਕਰਨਾ? ਹੁਣ ਮਹਾਰਾਜ ਗੁਰਬਾਣੀ ਕਹਿੰਦੀ ਏ, ਤੂੰ ਮਾਂ ਦੇ ਪੇਟ ਵਿੱਚ ਸੀ ਨਾ ਤੇ ਪੁੱਠਾ ਲਟਕਿਆ ਸੀ, ਉੱਥੇ ਤੈਨੂੰ ਰੱਬ ਜੀ ਨੇ ਆਪਣਾ ਨਾਮ ਜਪਾ ਕੇ ਰੱਖਿਆ ਹੋਇਆ ਸੀ, ਤੇ ਤੂੰ ਜਦੋਂ ਪੈਦਾ ਹੋਇਆ ਹੁਣ ਰੱਬ ਜੀ ਦੇ ਆਸਰੇ ਹੀ ਤੂੰ ਜਿੰਦਾ ਰਹਿ ਸਕਦਾ। ਤੁਸੀਂ ਕਹੋ ਕਿ ਰੱਬ ਤੋਂ ਬਗੈਰ ਜੀਆ ਨਹੀਂ ਜਾ ਸਕਦਾ? ਨਹੀਂ ਜੀਆ ਜਾ ਸਕਦਾ, ਨਹੀਂ ਜੀਆ ਜਾ ਸਕਦਾ। ਜੇ ਰੱਬ ਸਾਡੇ ਧਿਆਨ ਵਿੱਚ ਨਹੀਂ, ਅਸੀਂ ਮਰਦੇ ਹਾਂ। ਮਰਦਾ ਕੋਈ ਵੀ ਗਲਤ ਕੰਮ ਕਰ ਸਕਦਾ, ਪਰ ਜੇ ਰੱਬ ਧਿਆਨ ਵਿੱਚ ਹੈ ਤੇ ਕੋਈ ਗਲਤ ਕੰਮ ਨਹੀਂ ਕਰ। ਸਵੇਰੇ ਮੈਡੀਟੇਸ਼ਨ ਜ਼ਰੂਰ ਕਰਨਾ। ਕੋਈ ਕਿਸੇ ਧਰਮ ਦਾ ਹੈ, ਕਿਸੇ ਵੀ ਧਰਮ ਦਾ ਹੈ, ਮੁਸਲਮਾਨ ਹੈ ਅੱਲਾ ਅੱਲਾ ਕਰੇ, ਹਿੰਦੂ ਹੈ ਰਾਮ ਰਾਮ ਕਰੇ, ਸਿੱਖ ਹੈ ਵਾਹਿਗੁਰੂ ਕਰੇ, ਈਸਾਈ ਹੈ ਗੋਡ ਗੋਡ ਕਰੇ, ਜੋ ਮਰਜ਼ੀ ਕਰ, ਰੱਬ ਨੂੰ ਯਾਦ ਕਰ। ਜੇ ਜੁਗਤ ਨਹੀਂ ਆਉਂਦੀ ਤਾਂ ਵੀ ਯਾਦ ਕਰ। ਤੈਨੂੰ ਜੁਗਤ ਨਹੀਂ ਆਉਂਦੀ ਨਾ, ਤੈਨੂੰ ਪਤਾ ਨਹੀਂ ਨਾ ਮੈਨੂੰ ਬਹਿਣਾ ਨਹੀਂ ਆਉਂਦਾ, ਤੈਨੂੰ ਕੁਛ ਵੀ ਨਹੀਂ ਆਉਂਦਾ ਤਾਂ ਵੀ ਤੂੰ ਯਾਦ ਕਰ। ਜਦੋਂ ਜਿਸ ਦਿਨ ਤੋਂ ਤੂੰ ਯਾਦ ਕਰਨਾ ਸ਼ੁਰੂ ਕੀਤਾ, ਉਹਨੂੰ ਫਿਕਰ ਪੈ ਜਾਣੀ ਹੈ, ਇਹਨੂੰ ਜੁਗਤ ਦੇਣੀ ਹੈ, ਇਹਨੂੰ ਸਿੱਧੇ ਰਸਤੇ ਤੋਰਨਾ। ਹਰ ਕੰਮ ਤੋਂ ਪਹਿਲੇ ਰੱਬ ਯਾਦ ਵਿੱਚ ਹੋਣਾ ਚਾਹੀਦਾ। ਜਦੋਂ ਯਾਦ ਆਵੇਗੀ ਤੇ ਉਹ ਸਾਨੂੰ ਰੱਖੇਗਾ। ਤੂੰ ਮੇਰਾ ਰਾਖਾ ਸਭਨੀ ਥਾਈ। ਮੈਂ ਇੱਥੇ ਤੱਕਨ ਕਹਾਂ, ਦੋ ਤਰ੍ਹਾਂ ਦੇ ਬੱਚੇ ਹੁੰਦੇ ਨੇ। ਇੱਕ ਦੀ ਸੰਗਤ ਹੁੰਦੀ ਹੈ ਤੇ ਉਹ ਸੰਗਤ ਵਿੱਚ ਆਪਣਾ ਰੰਗ ਛੱਡ ਦਿੰਦੇ ਨੇ। ਕੁਛ ਬੱਚੇ ਐਸੇ ਹੁੰਦੇ ਨੇ, ਬਹੁਤ ਚੰਗੇ ਹੁੰਦੇ ਨੇ, ਪਰ ਜਦੋਂ ਸੰਗਤ ਵਿੱਚ ਪਹੁੰਚਦੇ ਨੇ, ਕਾਲਜ ਵਿੱਚ ਪਹੁੰਚਦੇ ਨੇ, ਉਹਨਾਂ ਨੂੰ ਜਿਹੜੀ ਸੰਗਤ ਮਿਲਦੀ ਹੈ, ਉਹਨਾਂ 'ਤੇ ਰੰਗ ਉਹਨਾਂ ਦਾ ਚੜ੍ਹ ਜਾਂਦਾ, ਆਪਣਾ ਲੱਥ ਜਾਂਦਾ। ਪਰ ਮੈਂ ਤੁਹਾਨੂੰ ਕੁਛ ਬੱਚੇ ਐਸੇ ਦੱਸਾਂ ਜਿਹੜੇ ਪੂਰੇ ਕਾਲਜ ਦੇ ਕਾਲਜ ਨੂੰ ਚੇਂਜ ਕਰ ਦਿੰਦੇ, ਇੰਨੇ ਸਟਰੋਂਗ ਹੁੰਦੇ ਨੇ, ਉਹਨਾਂ ਦਾ ਰੰਗ ਇੰਨਾ ਤਕੜਾ ਹੁੰਦਾ ਹੈ ਕਿ ਉਹ ਸਾਰਿਆਂ ਦਾ ਰੰਗ ਫਿੱਕਾ ਕਰਕੇ ਆਪਣੇ ਨਾਮ ਦਾ ਰੰਗ ਚੜਾ ਦਿੰਦੇ। ਤੁਹਾਨੂੰ ਸਟਰੋਂਗ ਹੋਣਾ ਹੈ, ਸਟਰੋਂਗ ਸੰਗਤ ਵਿੱਚ ਹੁੰਦਾ ਪਾਉਂਦਾ, ਸੰਗਤ ਨਹੀਂ ਛੱਡਦੀ। ਕਿਸੇ ਵੀ ਦੇਸ਼ ਵਿੱਚ ਜਾਓ, ਕਿਸੇ ਵੀ ਸ਼ਹਿਰ ਵਿੱਚ ਜਾਓ, ਸੰਗਤ ਜ਼ਰੂਰ ਕਰੋ। ਭਲੇ ਲੋਕ ਤੁਹਾਡੇ ਜੀਵਨ ਵਿੱਚ ਹੋਣਗੇ, ਇੱਦਾਂ ਬੈਠ ਕੇ ਵਾਹਿਗੁਰੂ ਕਰੋਗੇ, ਸਤਿਗੁਰੂ ਰੱਖਦਾ ਹੈ। ਜਦੋਂ ਸਾਡੀ ਸੰਗਤ ਟੁੱਟਦੀ ਹੈ ਨਾ, ਸਾਡਾ ਨਿਤਨੇਮ ਟੁੱਟਦਾ, ਸਾਡਾ ਵਾਹਿਗੁਰੂ ਕਹਿਣਾ ਟੁੱਟਦਾ, ਫਿਰ ਅਸੀਂ ਟੁੱਟ ਜਾਂਦੇ। ਇਹ ਸਾਰੇ ਮੈਥਡ ਗੁਰੂ ਗ੍ਰੰਥ ਸਾਹਿਬ ਨੇ ਦਿੱਤੇ ਨੇ। ਜੇ ਤੇਰੇ ਕੋਲ 10 ਰੁਪਈਏ ਨੇ, ਤੈਨੂੰ ਸਕੂਲ ਦਾ ਖਰਚਾ ਮਿਲਦਾ 10 ਰੁਪਈਏ, ਮੈਂ 10 ਕਹਿ ਰਿਹਾ, ਭਾਵੇਂ ਉਹ ਤੇਰੀ ਕਮਾਈ ਨਹੀਂ, ਤੇਰੇ ਪਾਪਾ ਦੀ ਹੈ, ਪਰ ਤੈਨੂੰ 10 ਰੁਪਏ ਮਿਲੇ ਨੇ। ਬੱਚੇ, ਜੇ ਤੂੰ 10 ਤੋਂ 100 ਕਰਨਾ ਚਾਹੁੰਦਾ ਤੇ 1 ਰੁਪਈਆ ਕਿਸੇ ਗਰੀਬ ਨੂੰ ਦੇ ਦਿਆ ਕਰ। ਤੇਰੇ 10 ਤੋਂ 100 ਵੀ ਹੋਣਗੇ, 100 ਤੋਂ 1000 ਵੀ ਹੋਣਗੇ, 1000 ਤੋਂ 1 ਲੱਖ ਵੀ ਹੋਏਗਾ। ਇੱਦਾਂ ਹੀ ਤੇਰੇ ਜੀਵਨ ਦਾ ਮੈਥਡ ਹੈ, ਜੋ ਤੈਨੂੰ ਆਉਂਦਾ ਹੈ। ਕੋਈ ਬੱਚਾ ਤੇਰੇ ਸਕੂਲ ਵਿੱਚ ਕਾਲਜ ਵਿੱਚ ਕਮਜ਼ੋਰ ਹੈ ਦਿਮਾਗੀ ਤੌਰ 'ਤੇ, ਉਹਨੂੰ ਲੈਸਨ ਨਹੀਂ ਯਾਦ ਹੁੰਦਾ, ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਉਹਦੀ ਹੈਲਪ ਕਰ।
ਜਿੰਨੀ ਤੂੰ ਦੂਜੇ ਦੀ ਹੈਲਪ ਕਰੇਗਾ ਰੱਬ ਤੇਰੀ ਹੈਲਪ ਕਰੇਗਾ। ਇਹ ਛੋਟੇ ਛੋਟੇ ਮੈਥਡ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾ, ਦੇਈ ਰੋਗ ਨਾ ਲੱਗੀ, ਪੱਲੇ ਸਭ ਕੁਝ ਪਾਏ, ਸਵੇਰੇ ਤੜਕੇ ਉੱਠ। ਸਵੇਰੇ ਦਾ ਪੜ੍ਹਿਆ ਹੋਇਆ ਬੱਚਾ ਨਾ, ਤੁਸੀਂ ਤੇ ਟੀਚਰ ਹੋ, ਸਾਰਾ ਦਿਨ ਪੜ੍ਹ ਲਵੇ ਤੇ ਚਾਰ ਤੋਂ ਛੇ ਪੜ੍ਹ ਲਵੇ, ਸਾਰੇ ਦਿਨ ਦੀ ਪੜ੍ਹਾਈ ਤੇ ਚਾਰ ਤੋਂ ਛੇ ਦੀ ਪੜ੍ਹਾਈ ਵੱਖਰੀ ਹੁੰਦੀ ਹੈ। ਵਾਈਬ੍ਰੇਸ਼ਨ ਹੈ ਅੰਮ੍ਰਿਤ ਵੇਲੇ ਦੀ। ਜਿਸ ਬੱਚੇ ਨੂੰ ਕੋਈ ਲੈਸਨ ਨਹੀਂ ਯਾਦ ਹੁੰਦਾ ਨਾ, ਬੜਾ ਔਖਾ ਹੁੰਦਾ, ਉਸ ਨੂੰ ਟੀਚਰ ਕਹਿੰਦੇ ਸਵੇਰੇ ਉੱਠ ਕੇ ਪੜ੍ਹਿਆ ਕਰ ਚਾਰ ਤੋਂ ਛੇ, ਉਸ ਸਮੇਂ ਮਾਇੰਡ ਫਰੈਸ਼ ਹੁੰਦਾ। ਰੱਬ ਵੀ ਕਹਿੰਦਾ ਵਾਹਿਗੁਰੂ ਜੀ ਦਾ ਨਾਂ ਸਵੇਰੇ ਉੱਠ ਕੇ ਲਿਆ ਕਰ, ਰਾਤ ਨੂੰ ਲਿਆ ਕਰ। ਦੋ ਟਾਈਮ ਦੱਸਿਆ ਸੱਚੇ ਪਾਤਸ਼ਾਹ ਨੇ ਸੰਗਤ ਕਰਨੀ ਹੈ। ਜੇ ਦੋ ਟਾਈਮ ਸੰਗਤ ਹੋਏਗੀ ਤੇ ਜਿਹੜਾ ਟਾਈਮ ਰਹਿ ਜਾਏਗਾ ਉਹ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਚੱਲੇਗਾ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਠੀਕ ਹੈ, ਬੇਨਤੀ ਕਰਾਂਗੇ ਕਿ ਹਰਗੋਪਾਲ ਸਿੰਘ ਨੂੰ ਸੁਰਪਾਓ ਸੰਗਤ ਦੀ ਅਸੀਸ, ਤਾਂ ਕਿ ਇੰਨੇ ਬੱਚੇ ਪ੍ਰੇਰ ਕੇ ਗੁਰੂ ਘਰ ਲਿਆਏ ਨੇ। ਸਾਧ ਸੰਗਤ ਦੇ ਚਰਨ ਧੂੜ ਸਾਡੇ ਸਿਰ ਮੱਥੇ ਦੇ, ਇੱਕ ਇੱਕ ਕਦਮ ਸਾਡੇ ਸਿਰ ਮੱਥੇ ਦੇ, ਜਿਨ੍ਹਾਂ ਨੇ ਚੱਲ ਕੇ ਆਏ ਨੇ ਸਾਨੂੰ ਵਿਰਾਜਿਆ, ਇਸ ਬੱਚੇ ਨੂੰ ਅਸੀਸ ਦਿੱਤੀ ਹੈ, ਸਾਧ ਸੰਗਤ ਦਾ ਧੰਨਵਾਦ। ਸਾਰਿਆਂ ਨੇ ਲੰਗਰ ਛੱਕ ਕੇ ਜਾਣਾ, ਗੁਰੂ ਘਰ ਲੰਗਰ ਚੱਲ ਰਿਹਾ ਹੈ, ਸਾਰਿਆਂ ਨੇ ਛੱਕ ਕੇ ਜਾਣਾ ਜੀ। ਇੱਕ ਪਰਸੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਮਾਰਕੀਟ ਵਿਖੇ ਬਹੁਤ ਸੁੰਦਰ ਦੀਵਾਨ ਸਾਜਦੇ ਨੇ, ਜਿਹਦੇ ਭਾਈ ਸਾਹਿਬ ਜੀ ਕੀਰਤਨ ਕਰਨਗੇ। ਸਾਰਿਆਂ ਨੂੰ ਜੀ ਆਇਆਂ ਨੂੰ ਸਰ, ਔਰ ਇਤਵਾਰ ਨੂੰ ਦੁਪਹਿਰ ਵਿੱਚ ਭਾਈ ਸਾਹਿਬ ਜੀ ਦਾ ਕੀਰਤਨ ਹੈ, ਆਪ ਜਿਸ ਤਿਆਰ ਤੋਂ ਦੇਖ ਸਕਦੇ ਹੋ, ਉਹਦੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ। ਸਾਰਿਆਂ ਗੁਰੂ ਘਰ ਦਾ ਜਸ ਲੈ ਕੇ ਕੀਰਤਨ, ਜਸ ਜੀ ਕੇ ਪਾਰਟ ਟੂ ਵਿੱਚ ਕੀਰਤਨ ਹੈ ਭਾਈ ਸਾਹਿਬ ਦਾ, ਸਾਰਿਆਂ ਕੀਰਤਨ ਸੁਣ ਕੇ ਨਿਹਾਲ ਹੋਵੋਗੇ ਜੀ। ਵਾਹਿਗੁਰੂ। ਇੱਕ ਬੇਨਤੀ ਮੈਂ ਕਰਾਂ, ਜੇ ਅਯੂਬ ਖਾਨ ਜੀ ਹੋਏ ਨੇ ਰਾਸ਼ਟਰਪਤੀ, ਮੈਨੂੰ ਇੱਕ ਯਾਦ ਆ ਗਈ ਗੱਲ, ਸਿੰਘ ਉਹਨਾਂ ਦੇ ਘਰ ਗਏ, ਤੁਸੀਂ ਬੈਠੇ ਹੋ ਨਾ ਬੱਚੇ ਹੋ, ਮਸਾਂ ਬਹੁਤ ਔਖਾ ਇਹਨੇ ਦੀਵਾਨ ਕੀਰਤਨ ਦਰਬਾਰ, ਤੁਸੀਂ ਨਹੀਂ ਸੋਚ ਸਕਦੇ ਕਿੰਨੀ ਮਿਹਨਤ ਕੀਤੀ ਹੋਏਗੀ, ਅਤੇ ਮੇਰਾ ਚਾਅ ਕਰ ਇੱਦਾਂ ਲੱਗਦਾ ਵੀ ਇਹਦੀ ਮਿਹਨਤ ਸਫਲ ਹੋਣੀ ਚਾਹੀਦੀ। ਅਯੂਬ ਖਾਨ ਰਾਸ਼ਟਰਪਤੀ ਹੋਏ ਨੇ, ਤੁਸੀਂ ਸੁਣਿਆ, ਬੜੀ ਕੋਮਨ ਜੀ ਸਾਖੀ ਹੈ, ਕਹਾਣੀ ਕਹਿ ਲਓ। ਅਯੂਬ ਖਾਨ ਦੇ ਘਰ ਸਿੰਘ ਗਏ ਅਤੇ ਉਹਨਾਂ ਨੇ ਦੇਖਿਆ ਉਰਦੂ ਲੈਂਗੁਏਜ ਵਿੱਚ ਕੋਈ ਮੰਤਰ ਲਿਖਿਆ ਹੈ, ਤਾਂ ਉਹਨਾਂ ਨੇ ਪੁੱਛਿਆ ਇਹ ਕੀ ਲਿਖਿਆ ਹੈ। ਇਹ ਕਹਿੰਦੇ ਨੇ ਮੇਰੇ ਰਾਸ਼ਟਰਪਤੀ ਬਣਨ ਦਾ ਰਾਜ ਲਿਖਿਆ, ਇਸ ਮੰਤਰ ਨੂੰ ਪੜ੍ਹਨ ਨਾਲ ਮੈਂ ਰਾਸ਼ਟਰਪਤੀ ਬਣਿਆ। ਉਹਨਾਂ ਕਿਹਾ ਸਾਨੂੰ ਦੱਸ ਬਈ ਕਿਵੇਂ ਤੂੰ ਬਣਿਆ। ਕਹਿੰਦਾ ਮੈਂ ਛੋਟਿਆਂ ਹੁੰਦਾ ਨਾ ਨਲਾਇਕ ਹੁੰਦਾ ਸੀ, ਥੋੜ੍ਹੀ ਜਿਹੀ ਹਿੰਦੀ ਬੋਲਾਂ, ਆਖੋ ਵਾਹਿਗੁਰੂ, ਪਤਾ ਨਹੀਂ ਕਿਹਨੂੰ ਸਮਝ ਆ ਜਾਏ, ਤੁਹਾਨੂੰ ਤਾਂ ਸਮਝ ਆ ਹੀ ਜਾਣੀ ਨਾ। ਵੋ ਰਾਸ਼ਟਰਪਤੀ ਕਹਿਤੇ ਹਮ ਰਾਸ਼ਟਰਪਤੀ ਕੈਸੇ ਬਣੇ, ਜਬ ਬਚਪਨ ਮੇਂ ਥੇ ਹਮ ਪੜ੍ਹਾਈ ਮੇਂ ਵੀਕ ਥੇ, ਹਮਕੋ ਕੋਈ ਲੈਸਨ ਯਾਦ ਨਹੀਂ ਹੋਤਾ ਥਾ, ਹਮਾਰਾ ਦਿਮਾਗ ਜੋ ਲੈਸਨ ਪੜ੍ਹਤੇ, ਕਈ ਵਾਰ ਚੰਚਲਤਾਈ ਮੇਂ ਨਾ ਹਮ ਕਾਮ ਕਰਤੇ ਹੁਆ ਵੀ ਨਹੀਂ ਕਰਤੇ, ਸਭ ਕਾਮ ਵਿਗੜ ਜਾਤਾ, ਕਿਉਂਕਿ ਮਾਇੰਡ ਕੀ ਕੰਸਟਰੇਸ਼ਨ ਨਹੀਂ ਹੋਤੀ ਹੈ। ਅਯੂਬ ਖਾਨ ਕਹਿਤੇ ਹੈ ਕਿ ਮੈਂ ਬਚਪਨ ਮੇਂ ਨਲਾਇਕ ਥਾ, ਅਕਸਰ ਟੀਚਰ ਮੁਝੇ ਮਾਰਤੇ ਥੇ, ਮਾਰ ਖਾਨੇ ਕੇ ਡਰ ਸੇ ਮੈਂ ਗੁਰਦੁਆਰੇ ਮੇਂ, ਸਾਥ ਮੇਂ ਗੁਰਦੁਆਰਾ ਥਾ, ਵਹਾਂ ਜਾ ਕੇ ਛਿਪ ਜਾਣਾ, ਰੋਣਾ ਕਿ ਮੁਝੇ ਮਾਰ ਪੜੇਗੀ, ਅਗਰ ਮੈਂ ਸਕੂਲ ਨਹੀਂ ਗਿਆ ਤਬ ਮਾਰ ਪੜੇਗੀ, ਘਰ ਸੇ ਅਗਰ ਸਕੂਲ ਗਿਆ ਤੋ ਟੀਚਰ ਸੇ। ਇੱਕ ਦਿਨ ਰੋ ਰਹੇ ਥੇ, ਗਿਆਨੀ ਜੀ ਆਏ, ਗਿਆਨੀ ਜੀ ਕੋ ਤਰਸ ਆਇਆ, ਗਿਆਨੀ ਜੀ ਨੇ ਪੁੱਛਿਆ ਬੱਚੇ ਰੋਤਾ ਕਿਉਂ ਹੈ, ਕਹਿੰਦੇ ਮੈਂ ਲੈਸਨ ਇਮਾਨਦਾਰੀ ਸੇ ਯਾਦ ਕਰਤਾ ਹੂੰ, ਮੁਝੇ ਯਾਦ ਨਹੀਂ ਹੋਤਾ।
टीचर की मार पड़ती है, अगर स्कूल ना जाऊं तो घर से मार पड़ती है। तरस आ गया, अपना बच्चा समझ के कहते हैं बाबा जी के आगे अरदास करनी, मूल मंत्र का पाठ करना, आखो भाई मूल मंत्र दा पाठ करना। ये मूल मंत्र के पाठ ने मुझे राष्ट्रपति बनाया, ये मूल मंत्र दा पाठ कर करके मैं इत्थे तक पहुंच गया। गुरबाणी कहती कहते पवित्र, कहते पवित्र, कहते पवित्र समझ आई, कहने वाला पवित्र हो जाता है। क्या कहने वाला? वाहिगुरु, राम, अल्लाह, अल्लाहु, कहने वाला पवित्र तब होता है जब वो उसकी याद में राम कहता है, उसको बुलाने में के लिए राम कहता है, उससे शांति लेने के लिए राम कहता है, उसको अंदर बसाने के लिए राम कहता है। कहते पवित्र, वो पवित्र हो जाता है, क्योंकि हम जिस आदमी को याद करते हैं उसके गुण और अवगुण हमारे में आ जाते हैं। किसी भी सेलिब्रिटी को आप अगर उसको उसके जीवन को पढ़ेंगे ना, उसके क्लोज आएंगे और उससे संगत करेंगे तो उसका इफेक्ट और साइड इफेक्ट दोनों आएंगे। समझ में आई आपको बात? किसी भी आदमी की आप संगत करेंगे, ज्यादा संगत करेंगे, उसके क्लोज रहेंगे तो उसका इफेक्ट और साइड इफेक्ट दोनों आप में अपने आप आ जाएंगे। आप देखिएगा, कोई भी बच्चा आपके साथ में गाली निकालता होगा ना, 10 दिन उसके साथ में रहिए, आप कहोगे हम गाली नहीं निकालते, आकस्मिक आपके मुंह से निकलेगी गाली, क्योंकि आपने सुनी है। जो भी आप सुनते हो अच्छा भला, वो आपके जीवन में प्रवेश करता है और आपके अपने आप ही हो जाता है। इसलिए कहते पवित्र, सुनते सब तान, सुनने वाला तान, चंगा सुनने वाला, अच्छा सुनने वाला, सच को सुनने वाला वो अच्छा कहलाता है, उसको दुनिया कहती है क्या बात है। कहते पवित्र, सुनते सब तान, और हृदय में अगर लिख ले ना, उसकी सुरत में लिख ले, सच को लिख ले, झूठ को छोड़ दे, तो उसकी कुल का उद्धार हो जाता है। कैसे हो जाता है? कि जो हमारी वाइब्रेशन है वो हमारे बच्चों में जाएगी जाएगी। आखो भाई, जो मां कमा रही है ना, 99.9% ये केस सच है, जो मां कमा रही है बच्चा कमाएगा। 1% कोई चांस होता है, भगवान की लीला होती है कि कोई हरनाखश के घर प्रहलाद पैदा हो जाए, ये एक आप कह लीजिए कौतक होता है। बाकी जो माँ बाप की वाइब्रेशन है, जो बहन भाई की वाइब्रेशन है, वही हमारे में आती है, जैसी संगत। कहते पवित्र, सुनते सब तन, लिखती। और एक बात बता दूं, अगर राम बोला नहीं जाता, अगर राम सुना नहीं जाता, तो कॉपी में लिखना शुरू कर दो, बोला भी जाएगा और सुना भी जाएगा। आखो भाई, बड़े प्यारे प्यारे गुरु के लाल पुरातन सिंह सारे बाणी लिख दे, लिख लिख के सुरत विच लिखी जाती है। पोथी साहब दे दर्शन कर करके सुरत विच जब तुसी बोलोगे सोचा, सोच ना हो भी ओ अखर तुहाडे सामने चलन, लिखती कुल तारिया जीओ। जिनको साधु संग, साधु संग की होंदा, गुणा का होए वासला, कड़ वास लही जाए,
साधु संघ, जिनको साधु संघ, जिन्हां नूं परमेश्वर दा संघ है, गुरु दा संघ है, गुण दा संघ है, सच दा संघ है, नाम हर रंग, उन्हों नाम दा रंग चढ़ जांदा है, जिहड़ा वाहिगुरु बोल नहीं सकदा वो बोलन लग पैंदा। जिनको साधु संघ नाम हर रंग तिनी ब्रह्म विचारिया जियो, ओदे अंदर फिर झूठ नहीं रहिंदा, ब्रह्म दी विचार आ जांदी है, सच आ जांदा है। सच कमाणे सचो पाईऐ, कूड़े कूड़ा माना, नानक तिन को सतगुर मिलिया, जिन्हां तुरे पिया परवाना। बोलिए सच धर्म, झूठ ना बोलिए, गुरु कृपा करे अंदर सच होएगा ते सच बोलिया जाएगा, जे अंदर झूठ होएगा जिन्ना मर्जी सच बोल लवे, ओदे सच ते भरोसा नहीं बैना। गुरु कृपा करे।